ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅੰਜੂ ਆ ਔਰ ਮੈਂ ਸਾਰਿਆਂ ਨਾਲ ਸ਼ੇਅਰ ਕਰਨਾ ਚਾਹਨੀ ਕਿ ਮੇਰਾ 27 April ਨੂੰ ਐਕਸੀਡੈਂਟ ਹੋਇਆ ਸੀਗਾ ਔਰ ਮੇਰਾ ਫੇਸ ਇੱਕ ਸਾਈਡ ਫ੍ਰੈਕਚਰ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਵਿੱਚ ਮੈਨੂੰ ਜਿੱਦਾਂ ਮੈਂ ਥੋੜੇ ਦਿਨ ਕੋਮਾ ਚ ਰਹੀ ਫਿਰ ਜਦੋਂ ਮੈਂ ਹੋਸ਼ ਵਿੱਚ ਆਈ ਫਿਰ ਮੈਂ ਜਦੋਂ ਚੱਲਣ ਫਿਰਨ ਦੀ ਕੋਸ਼ਿਸ਼ ਕੀਤੀ ਪਤਾ ਚੱਲਿਆ ਕਿ ਮੈਨੂੰ ਜਦ ਮੈਂ ਦੇਖਦੀ ਸੀਗੀ ਤਾਂ ਮੈਨੂੰ ਦੋ ਨਜ਼ਰ ਆਂਦੇ ਸੀਗੇ ਜਿੱਦਾਂ ਸੈਂਟਰ ਤੋਂ ਲੈ ਕੇ نیچے ਤੱਕ ਮੈਨੂੰ ਡਿਪਲੋਪੀਆ ਦੀ ਪ੍ਰੋਬਲਮ ਹੋ ਗਈ ਸੀ ਮੇਰੇ ਜਿਹੜੇ ਅੱਖ ਦੀ ਜਿੱਦਾਂ ਲੋਅਰ ਵਾਲੀ ਸਾਈਡ ਆ ਇਹਦੀ ਪ੍ਰੋਬਲਮ ਸੀਗੀ ਇਹਦੇ نیچے ਇੱਥੇ ਫ੍ਰੈਕਚਰ ਦੀ ਵਜ੍ਹਾ ਨਾਲ ਕੋਈ ਟਿਸ਼ੂ ਅੱਖ ਦੇ ਵਿੱਚ ਸੀਗਾ ਉਹਦੇ ਨਾਲ ਪ੍ਰੋਬਲਮ ਹੋਈ ਸੀ ਚੰਦਰ ਦੇ ਵਿੱਚ ਵੀ ਕੋਈ ਹਸਪੀਟਲ ਨਹੀਂ ਛੱਡਿਆ ਸਾਰੀ ਜਗ੍ਹਾ ਮੇਰੀ ਐਮ ਆਰ ਆਈਜ਼ 3-4 ਐਮ ਆਰ ਆਈਜ਼ ਹੋਈਆਂ ਅੱਖ ਦੀਆਂ ਫੇ ਦਿੱਲੀ ਵੀ ਕ ਅੰਮ੍ਰਿਤਸਰ ਤੱਕ ਅਜੀ ਬਹੁਤ ਕੇ ਖਾਦੇ ਮਤਲਬ April ਤੋਂ ਲੈ ਕੇ ਹੁਣ October ਤੱਕ ਅਜੀ ਕੋਈ ਡਾਕਟਰ ਨਹੀਂ ਛੱਡਿਆ ਫਿਰ ਡਾਕਟਰ ਵਰਮਾ ਜੀ ਬਾਰੇ ਸਾਨੂੰ ਕਿਸੇ ਨੇ ਦੱਸਿਆ ਕਿ ਉੱਥੇ ਜਾਓ ਤੁਸੀਂ ਤੇ ਫਿਰ ਡਾਕਟਰ ਸਾਹਿਬ ਨਾਲ ਆ ਕੇ ਗੱਲ ਕੀਤੀ ਤੇ ਫਿਰ ਇਹਨਾਂ ਨੇ ਕਿਹਾ ਕਿ ਇੱਕ ਮੈਂ ਤੁਹਾਨੂੰ ਟੈਸਟ ਦੱਸਦਾ ਤੁਸੀਂ ਉਹ ਕਰਵਾਓ ਤੇ ਫਿਰ ਮੈਂ ਆਪਰੇਟ ਕਰਾਂਗਾ ਨਹੀਂ ਤੇ ਕੋਈ ਡਾਕਟਰ ਸਾਨੂੰ ਆਪਰੇਟ ਲਈ ਵੀ ਹਾਨੀ ਸੀ ਕਰਦਾ ਪਿਆ ਕੁਝ ਕਹਿੰਦੇ ਨਹੀਂ ਸੀ ਤਾਂ ਫਿਰ ਡਾਕਟਰ ਸਾਹਿਬ ਨੇ ਮੇਰਾ ਆਪਰੇਟ ਕੀਤਾ ਤਾਂ ਡਾਕਟਰ ਸਾਹਿਬ ਨੇ ਸਗੋਂ ਸਾਨੂੰ ਇੰਨਾ ਕਿਹਾ ਕਿ ਮਤਲਬ ਹੋ ਸਕਦਾ ਥੋੜਾ ਤੁਹਾਨੂੰ ਟਾਈਮ ਲੱਗੇ ਬਟ ਜਿੱਦਾਂ ਹੀ ਜਿਸ ਦਿਨ ਮੇਰਾ ਆਪਰੇਟ ਹੋਇਆ ਜਦੋਂ ਇਹਨਾਂ ਨੇ ਪੱਟੀ ਖੋਲੀ ਆ ਤੇ ਉਦੋਂ ਹੀ ਮੈਂ ਮਤਲਬ ਦੀ ਨਿਗਾ ਸਹੀ ਹੋ ਗਈ ਮੈਨੂੰ ਸਹੀ ਨਜ਼ਰ ਆਣ ਲੱਗ ਪਿਆ ਸੀਗਾ ਸੀਗੀ ਤੇ ਡਾਕਟਰ ਸਾਹਿਬ ਦਾ ਥੈਂਕਸ ਕਰਦੀ ਆ ਕਿ ਜਿਨ੍ਹਾਂ ਨੇ ਜਿਨ੍ਹਾਂ ਦੀ ਹੈਲਪ ਨਾਲ ਮੈਂ ਠੀਕ ਹੋਈ ਆ ਨਹੀਂ ਤੇ ਮੇਰਾ ਇਲਾਜ ਕੋਈ ਨਹੀਂ ਸੀ ਕਰਦਾ ਪਿਆ ਥੈਂਕ ਯੂ